ਡੈਮੋਕਰੇਸੀ ਚੱਲਦੀ ਆ ਜੀ, ਜਿਵੇਂ ਸਰਕਾਰ ਕਹੂ, ਜਿਵੇਂ ਸੀਐਮ ਸਾਹਿਬ ਜਾਂ ਜਿਵੇਂ ਚੁਣੇ ਹੋਏ ਐਮਐਲਏ ਨੇ ਉਹ ਜੋ ਫੈਸਲਾ ਲੈਣਗੇ ਉਹ ਲਾਗੂ ਹੋਊਗਾ, ਉਸੇ ਤਹਿਤ ਚੱਲੂਗਾ। ਅਸੀਂ ਤਾਂ ਇਹੀ ਆਸ ਕਰਦੇ ਹਾਂ ਵੀ ਭਾਈ ਲੋਕਾਂ ਦੇ ਵਾਸਤੇ ਵਿਰੋਧੀ ਅੰਬਲੇ ਬੋਲ ਗਏ ਨੇ ਕਾਨੂੰਨ ਵਿਵਸਥਾ ਨੂੰ ਲੈ ਕੇ, ਕਈ ਸਵਾਲ ਤੇ ਚਾਹੇ ਪ੍ਰਤਾਪ ਬਾਜਵਾ ਹੋਣ, ਚਾਹੇ ਸੁਖਪਾਲ ਖਹਿਰਾ ਹੋਣ, ਚਾਹੇ ਅਸ਼ਵਨੀ ਸ਼ਰਮਾ ਹੋਣ। ਦੇਖੋ, ਉਹਨਾਂ ਦਾ ਕੰਮ ਆ, ਵੱਡੀ ਗੱਲ ਇਹ ਆ, ਕ੍ਰਾਈਮ ਪਹਿਲਾਂ ਬੜੇ ਹੁੰਦੇ ਸੀਗੇ, ਉਹਨਾਂ ਨੂੰ ਕੋਈ ਫੜਦਾ ਨਹੀਂ ਸੀਗਾ, ਸ਼ੈਲਟਰ ਕੀਤੇ ਜਾਂਦੇ ਸੀਗੇ, ਲੀਡਰ ਹੀ ਬਚਾ ਲੈਂਦੇ ਸੀਗੇ। ਪਹਿਲੀ ਸਰਕਾਰ ਆ, ਗੜਬੜ ਹੋ ਜਾਂਦੀ ਆ, ਨਾਲ ਦੀ ਨਾਲ ਬੰਦਿਆਂ ਨੂੰ ਫੜਦੇ ਆ, ਫੜ ਕੇ ਉਹਨਾਂ ਨੂੰ ਅੰਦਰ ਦਿੰਦੇ ਆ। ਜਿਹੜਾ ਜਿਹੜਾ ਵੀ ਕੁਛ ਹੋਇਆ, ਜਿਹੜੀ ਜਿਹੜੀ ਵੀ ਕੋਈ ਬੰਦਾ ਕ੍ਰਾਈਮ ਕਰਦਾ ਏ, ਉਹਨੂੰ ਨਾਲ ਦੀ ਨਾਲ ਉਹਨੂੰ ਸਜ਼ਾ ਮਿਲਦੀ ਆ। ਇਹਦੇ ਵਾਸਤੇ ਸਰਕਾਰ ਪੂਰੀ ਵਚਨਬੱਧ ਆ, ਸਾਰੇ ਪੁਲਿਸ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਹੀ ਹੈ। ਨਾਲ ਇਹ ਸੁਣ ਜਾ ਕੇ ਸਵਾਲ ਖੜਾ ਹੋ ਰਿਹਾ ਹੈ ਕਿ ਅਜੇ ਤੱਕ ਕੋਈ FIR ਨਹੀਂ ਹੋਈ, ਅਮਰਪਾਲ ਨੂੰ ਲੈ ਕੇ ਕਿਉਂ ਢਿੱਲ ਬੰਨੀ? ਨਹੀਂ, ਗੱਲਾਂ ਇਹ ਨੇ, ਪ੍ਰੋਬਲਮਾਂ ਬੜੀਆਂ ਨੇ। ਸੀਐਮ ਸਾਹਿਬ ਇਸ ਮੁੱਦੇ ਤੇ ਆਪ ਬਿਆਨ ਦਿੰਦੇ ਨੇ, ਦੱਸ ਰਹੇ ਨੇ, ਆਉਣ ਵਾਲੇ ਦਿਨਾਂ ਤੱਕ ਤੁਹਾਨੂੰ ਬੜੀ ਵਧੀਆ ਅਪਡੇਟ ਆਊਗੀ। ਡੈਮੋਕਰੇਸੀ ਚੱਲਦੀ ਆ ਜੀ, ਜਿਵੇਂ ਸਰਕਾਰ ਕਹੂ, ਜਿਵੇਂ ਸੀਐਮ ਸਾਹਿਬ ਜਾਂ ਜਿਵੇਂ ਚੁਣੇ ਹੋਏ ਐਮਐਲਏ ਨੇ ਉਹ ਜੋ ਫੈਸਲਾ ਲੈਣਗੇ ਉਹ ਲਾਗੂ ਹੋਊਗਾ, ਉਸੇ ਤਹਿਤ ਚੱਲੂਗਾ। ਅਸੀਂ ਤਾਂ ਇਹੀ ਆਸ ਕਰਦੇ ਹਾਂ ਵੀ ਭਾਈ ਲੋਕਾਂ ਦੇ ਵਾਸਤੇ। ਕਈ ਅੰਬਲੇ ਬੋਲ ਗਏ ਨੇ ਕਾਨੂੰਨ ਵਿਵਸਥਾ ਨੂੰ ਲੈ ਕੇ, ਕਈ ਸਵਾਲ ਤੇ ਚਾਹੇ ਪ੍ਰਤਾਪ ਬਾਜਵਾ ਹੋਣ, ਚਾਹੇ ਸੁਖਪਾਲ ਖਹਿਰਾ ਹੋਣ, ਚਾਹੇ ਅਸ਼ਵਨੀ ਸ਼ਰਮਾ ਹੋਣ। ਦੇਖੋ, ਉਹਨਾਂ ਦਾ ਕੰਮ ਆ, ਵੱਡੀ ਗੱਲ ਇਹ ਆ, ਕ੍ਰਾਈਮ ਪਹਿਲਾਂ ਬੜੇ ਹੁੰਦੇ ਸੀਗੇ, ਉਹਨਾਂ ਨੂੰ ਕੋਈ ਫੜਦਾ ਨਹੀਂ ਸੀਗਾ, ਸ਼ੈਲਟਰ ਕੀਤੇ ਜਾਂਦੇ ਸੀਗੇ, ਲੀਡਰ ਹੀ ਬਚਾ ਲੈਂਦੇ ਸੀਗੇ। ਪਹਿਲੀ ਸਰਕਾਰ ਆ, ਗੜਬੜ ਹੋ ਜਾਂਦੀ ਆ, ਨਾਲ ਦੀ ਨਾਲ ਬੰਦਿਆਂ ਨੂੰ ਫੜਦੇ ਆ, ਫੜ ਕੇ ਉਹਨਾਂ ਨੂੰ ਅੰਦਰ ਦਿੰਦੇ ਆ। ਜਿਹੜਾ ਜਿਹੜਾ ਵੀ ਕੁਛ ਹੋਇਆ, ਜਿਹੜੀ ਜਿਹੜੀ ਵੀ ਕੋਈ ਬੰਦਾ ਕ੍ਰਾਈਮ ਕਰਦਾ ਏ, ਉਹਨੂੰ ਨਾਲ ਦੀ ਨਾਲ ਉਹਨੂੰ ਸਜ਼ਾ ਮਿਲਦੀ ਆ। ਇਹਦੇ ਵਾਸਤੇ ਸਰਕਾਰ ਪੂਰੀ ਵਚਨਬੱਧ ਆ, ਸਾਰੇ ਪੁਲਿਸ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਹੀ। ਸਵਾਲ ਖੜਾ ਹੋ ਰਿਹਾ ਕਿ ਅਜੇ ਤੱਕ ਕੋਈ FIR ਨਹੀਂ ਹੋਈ, ਅਮਰਪਾਲ ਨੂੰ ਲੈ ਕੇ ਕਿਉਂ ਢਿੱਲ ਬੰਨੀ? ਨਹੀਂ, ਗੱਲਾਂ ਇਹ ਨੇ, ਪ੍ਰੋਬਲਮਾਂ ਬੜੀਆਂ ਨੇ। ਸੀਐਮ ਸਾਹਿਬ ਇਸ ਮੁੱਦੇ ਤੇ ਆਪ ਬਿਆਨ ਦਿੰਦੇ ਨੇ, ਦੱਸ ਰਹੇ ਨੇ, ਆਉਣ ਵਾਲੇ ਦਿਨਾਂ ਤੱਕ ਤੁਹਾਨੂੰ ਬੜੀ ਵਧੀਆ ਅਪਡੇਟ ਆਊਗੀ। ਡੈਮੋਕਰੇਸੀ ਚੱਲਦੀ ਆ ਜੀ, ਜਿਵੇਂ ਸਰਕਾਰ ਕਹੂ, ਜਿਵੇਂ ਸੀਐਮ ਸਾਹਿਬ ਜਾਂ ਜਿਵੇਂ ਚੁਣੇ ਹੋਏ ਐਮਐਲਏ ਨੇ ਉਹ ਜੋ ਫੈਸਲਾ ਲੈਣਗੇ ਉਹ ਲਾਗੂ ਹੋਊਗਾ, ਉਸੇ ਤਹਿਤ ਚੱਲੂਗਾ। ਅਸੀਂ ਤਾਂ ਇਹੀ ਆਸ ਕਰਦੇ ਹਾਂ ਵੀ ਭਾਈ ਲੋਕਾਂ ਦੇ ਵਾਸਤੇ। ਕਈ ਅੰਬਲੇ ਬੋਲ ਗਏ ਨੇ ਕਾਨੂੰਨ ਵਿਵਸਥਾ ਨੂੰ ਲੈ ਕੇ, ਕਈ ਸਵਾਲ ਤੇ ਚਾਹੇ ਪ੍ਰਤਾਪ ਬਾਜਵਾ ਹੋਣ, ਚਾਹੇ ਸੁਖਪਾਲ ਖਹਿਰਾ ਹੋਣ, ਚਾਹੇ ਅਸ਼ਵਨੀ ਸ਼ਰਮਾ ਹੋਣ। ਦੇਖੋ, ਉਹਨਾਂ ਦਾ ਕੰਮ ਆ, ਵੱਡੀ ਗੱਲ ਇਹ ਆ, ਕ੍ਰਾਈਮ ਪਹਿਲਾਂ ਬੜੇ ਹੁੰਦੇ ਸੀਗੇ, ਉਹਨਾਂ ਨੂੰ ਕੋਈ ਫੜਦਾ ਨਹੀਂ ਸੀਗਾ, ਸ਼ੈਲਟਰ ਕੀਤੇ ਜਾਂਦੇ ਸੀਗੇ, ਲੀਡਰ ਹੀ ਬਚਾ ਲੈਂਦੇ ਸੀਗੇ। ਪਹਿਲੀ ਸਰਕਾਰ ਆ, ਗੜਬੜ ਹੋ ਜਾਂਦੀ ਆ, ਨਾਲ ਦੀ ਨਾਲ ਬੰਦਿਆਂ ਨੂੰ ਫੜਦੇ ਆ, ਫੜ ਕੇ ਉਹਨਾਂ ਨੂੰ ਅੰਦਰ ਦਿੰਦੇ ਆ। ਜਿਹੜਾ ਜਿਹੜਾ ਵੀ ਕੁਛ ਹੋਇਆ, ਜਿਹੜੀ ਜਿਹੜੀ ਵੀ ਕੋਈ ਬੰਦਾ ਕ੍ਰਾਈਮ ਕਰਦਾ ਏ, ਉਹਨੂੰ ਨਾਲ ਦੀ ਨਾਲ ਉਹਨੂੰ ਸਜ਼ਾ ਮਿਲਦੀ ਆ। ਇਹਦੇ ਵਾਸਤੇ ਸਰਕਾਰ ਪੂਰੀ ਵਚਨਬੱਧ ਆ, ਸਾਰੇ ਪੁਲਿਸ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਹੀ ਹੈ। ਨਾਲ ਸੁਣ ਜਾ ਕੇ ਸਵਾਲ ਖੜਾ ਹੋ ਰਿਹਾ ਕਿ ਅਜੇ ਤੱਕ ਕੋਈ FIR ਨਹੀਂ ਹੋਈ, ਅਮਰਪਾਲ ਨੂੰ ਲੈ ਕੇ ਕਿਉਂ ਢਿੱਲ ਬੰਨੀ? ਨਹੀਂ, ਗੱਲਾਂ ਇਹ ਨੇ, ਪ੍ਰੋਬਲਮਾਂ ਬੜੀਆਂ ਨੇ। ਸੀਐਮ ਸਾਹਿਬ ਇਸ ਮੁੱਦੇ ਤੇ ਆਪ ਬਿਆਨ ਦਿੰਦੇ ਨੇ, ਦੱਸ ਰਹੇ ਨੇ, ਆਉਣ ਵਾਲੇ ਦਿਨਾਂ ਤੱਕ ਤੁਹਾਨੂੰ ਬੜੀ ਵਧੀਆ ਅਪਡੇਟ ਆਊਗੀ।